ਫਿਲੌਰ ਦੀ ਟਹਿੰਗ ਚੁੰਗੀ ਪਾਸ ਅੱਜ ਲੋਕਾਂ ਨੇ ਦੋ ਨੌਜਵਾਨਾਂ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ। ਮੌਕੇ ਤੇ ਮੌਜੂਦ ਪਿੰਡ ਨਗਰ ਦੇ ਵਿਅਕਤੀ ਰਾਜ ਕੁਮਾਰ ਨੇ ਦੱਸਿਆ ਕਿ ਉਕਤ ਨੌਜਵਾਨਾਂ ਨੇ ਪਿੰਡ ਨਗਰ ਵਿੱਚ ਸਥਿਤ ਉਸਦੀ ਇਲੈਕਟ੍ਰੋਨਿਕਸ ਦੀ ਦੁਕਾਨ ਤੋਂ ਗੱਲਾ ਤੋੜ ਕੇ 18,000 ਰੁਪਏ ਦੀ ਨਕਦੀ ਚੋਰੀ ਕਰ ਲਈ ਸੀ ਅਤੇ ਦੁਕਾਨ ਵਿੱਚ ਦਾਖਲ ਹੁੰਦੇ ਇੱਕ ਨੌਜਵਾਨ ਦੀ ਤਸਵੀਰ ਵੀ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਸੀ। ਜਦੋਂ ਪੁਲਿਸ ਨੌਜਵਾਨਾਂ ਨੂੰ ਥਾਣੇ ਲੈ ਕੇ ਗਈ ਤਾਂ ਉਸ ਤੋਂ ਬਾਅਦ ਸਿਵਲ ਹਸਪਤਾਲ ਫਿਲੌਰ ਤੋਂ ਮੈਡੀਕਲ ਕਰਵਾਉਣ ਪਹੁੰਚੀ ਤਾਂ ਮੌਕੇ ਤੇ ਇੱਕ ਨੌਜਵਾਨ ਪੁਲਿਸ ਦੀ ਪਕੜ ਵਿੱਚੋਂ ਫਰਾਰ ਹੋ ਗਿਆ। ਉੱਥੇ ਹੀ ਥਾਣਾ ਫਿਲੌਰ ਵਿਖੇ ਪੁੱਜੇ ਸੰਧੂ ਅਲਮੀਨੀਅਮ ਅਕਲਪੁਰ ਰੋਡ ਦੇ ਮਾਲਕ ਸਟੀਫਨ ਸੰਧੂ ਨੇ ਦੱਸਿਆ ਕਿ ਪੁਲਿਸ ਵੱਲੋਂ ਫੜੇ ਉਕਤ ਵਿਅਕਤੀਆਂ ਨੇ ਹੀ ਉਸਦੀ ਦੁਕਾਨ ਵਿੱਚ 20,000 ਰੁਪਏ ਦੀ ਚੋਰੀ ਕੀਤੀ ਹੈ। ਇਸ ਦੌਰਾਨ ਥਾਣਾ ਫਿਲੌਰ ਦੇ SI ਗੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ। ਫਿਲੌਰ ਤੋਂ ਪ੍ਰਭਪਾਲ ਦੇ ਨਾਲ ਸੁਰਿੰਦਰ ਦੀ ਰਿਪੋਰਟ। ਬੀਜੀ ਜਿਹੜਾ ਘਰ ਹੈਗਾ ਹੈ ਤੁਹਾਡਾ, ਇੱਥੇ ਚੋਰੀ ਹੋਈ ਹੈ? ਹਾਂਜੀ, ਇੱਥੇ। ਕੀ ਨਾਮ ਹੈ ਤੁਹਾਡਾ? ਮੈਂ ਭੁਪਿੰਦਰ ਕੌਰ। ਇਹ ਮਹੱਲਾ ਕਿਹੜਾ, ਇੱਥੇ ਚੋਰੀ ਹੋਈ ਹੈ? ਚੌਧਰੀਆਂ ਦਾ ਮਹੱਲਾ। ਕੀ ਤੁਸੀਂ ਕਿੱਥੇ ਗਏ ਸੀ ਜਦੋਂ ਚੋਰੀ ਹੋਈ ਹੈ? ਅਸੀਂ ਪਟਿਆਲੇ ਗਏ ਸੀ। ਕੁੱਤਾ ਵੀ ਸਾਡਾ ਖੁੱਲ੍ਹਾ ਹੀ ਸੀਗਾ, ਇਹ ਵੀ ਨਹੀਂ ਜਦੋਂ ਬੋਲਿਆ ਹੈਗਾ ਮੈਂ ਇਹਨੂੰ ਕੀ ਕਰਕੇ ਗਏ ਨੇ। ਅੱਛਾ, ਅਤੇ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ? ਨੁਕਸਾਨ ਸਾਰਾ ਹੀ ਹੋ ਗਿਆ, ਜੋ ਪਿਆ ਸੀ ਸਭ ਕੁਛ ਲੈ ਗਏ ਚਾਚੇ। ਕੀ ਸੀਗਾ, ਗੋਲਡ ਵਗੈਰਾ ਸੀਗਾ ਕੁਛ? ਹਾਂਜੀ ਹੈਗਾ ਸੀ, ਗੋਲਡ ਵੀ ਪਏ ਵੀ ਸੀਗੇ। ਤੁਹਾਨੂੰ ਕਿਦਾਂ ਪਤਾ ਲੱਗਾ ਚੋਰੀ ਦਾ? ਅਸੀਂ ਤਾਂ ਜੀ ਆ ਕੇ ਜਿੰਦਾ ਖੋਲਿਆ, ਬਾਹਰਲਾ ਗੇਟ ਲੱਗਿਆ ਸੀ ਜਿੰਦਾ, ਅੰਦਰੋਂ ਸਾਰੇ ਜਿੰਦੇ ਭਰੇ ਹੋਏ ਸੀ, ਤਾਂ ਪਤਾ ਲੱਗਿਆ ਆ ਕੇ ਦੇਖਿਆ ਚੋਰੀ ਹੋਈ ਹੋਈ ਹੈ, ਤਾਂ ਫਿਰ ਰੌਲਾ ਪਾਇਆ। ਪੁਲਿਸ ਨੂੰ ਇਤਲਾਹ ਦਿੱਤੀ ਤੁਸੀਂ? ਹਲੇ ਤਾਂ ਦਿੱਤੀ ਨਹੀਂ ਹੈਗੀ, ਗਏ ਹੋਏ ਆ ਮੁੰਡੇ ਦੇਣ ਵਾਸਤੇ ਗੁਰਦੁਆਰਾ। ਅੱਛਾ ਜੀ। ਮੈਂ ਕਿਹਾ ਵੀ ਇੱਥੇ ਹੈ ਨਹੀਂ ਕੋਈ ਵੀ ਗੁਰਦੁਆਰਾ। ਅੱਛਾ ਜੀ। ਅੱਛਾ, ਖੜਾ ਰਿਹਾ ਫਿਰ ਹੈ ਨਾ, ਗੱਲਾਂ ਕਰਦਾ ਕਰਦਾ ਮੂੰਹ ਹੱਥ ਧੋਣ ਚਲੇ ਗਏ ਨਾਲ ਕਿਤੇ। ਅੱਛਾ ਜੀ। ਇੱਕ ਮਗਰੋਂ ਆਇਆ, ਉਹ ਕਹਿੰਦਾ ਬੀਬੀ ਇਹ ਬਾਬਾ ਆਇਆ, ਜੋ ਕਹਿਣਾ ਉਹ ਸੱਚਾ ਹੀ ਹੋ ਜਾਣਾ। ਅੱਛਾ। ਮੈਂ ਕਿਹਾ ਅਸੀਂ ਬਾਬਿਆਂ ਤੋਂ ਕੀ ਲੈਣਾ ਹੈ? ਅੱਛਾ ਜੀ। ਸਾਨੂੰ ਕੀ ਲੋੜ ਹੈ ਬਾਬਿਆਂ ਨੂੰ? ਅੱਛਾ ਜੀ। ਤਾਂ ਇੰਨੀ ਗੱਲ ਕਹੀ ਤਾਂ ਉਹ ਮੁੜ ਪਿਆ। ਅੱਛਾ। ਕੱਪੜੇ ਬੀਬੀ ਕੱਪੜੇ ਕਿੱਦਾਂ ਦੇ ਪਾਏ ਸੀ ਉਹਦੇ? ਚਿੱਟਾ ਕੁੜਤਾ ਪਜਾਮਾ ਇੱਕ ਦੇ ਪਾਇਆ। ਅੱਛਾ। ਕਾਲੀ ਟੋਪੀ ਲਈ ਆ ਜੀ। ਮੋਹਰੇ ਮੋਟਰਸਾਈਕਲ ਤੇ ਹੈਗੇ ਆ, ਚੁੰਨੀਆਂ ਬੰਨੀਆਂ ਮਾਤਾ ਜੀ। ਅੱਛਾ। ਕੜੇ ਕੁੜੇ ਬਾਹਵੇ ਪਾਏ ਆ ਕਦੇ। ਹੁਣ ਲਾ ਕੀ ਲਿਆ ਤੁਹਾਡਾ ਉਹ? ਵਾਲੀਆਂ। ਵਾਲੀਆਂ ਲਾ ਕੇ ਲੱਗਿਆ? ਹਾਈ ਕਰਤੇ ਸੀਗੇ। ਮੋਟਰਸਾਈਕਲ ਤੇ ਸੀ। ਅੱਛਾ ਜੀ। ਠੀਕ ਆ। ਤੇ ਕਿੰਨੇ ਕੁ ਵਜੇ ਦੀ ਗੱਲ ਹੈ? 2 ਵਜੇ ਦੀ। ਭਾਜੀ ਕੀ ਨਾਮ ਆ ਤੁਹਾਡਾ? ਮੇਰਾ ਨਾਮ ਗੁਰਵਿੰਦਰ ਸਿੰਘ ਹੈ ਜੀ। ਅੜੀ ਚੋਰੀ ਤੁਹਾਡੇ ਘਰ ਹੋਈ ਹੈ? ਹਾਂਜੀ। ਕਿੰਨਾ ਕੁ ਨੁਕਸਾਨ ਹੋਇਆ ਭਾਜੀ? ਮਤਲਬ 10,000 ਦਾ ਹੋਇਆ ਜੀ। ਓਕੇ। ਤੇ ਸਾਨੂੰ ਪਤਾ ਲੱਗਾ ਵੀ ਚੋਰ ਵੀ ਤੁਸੀਂ ਮੌਕੇ 'ਤੇ ਫੜੇ ਆ? ਚੋਰ ਅਸੀਂ ਨਹੀਂ ਫੜੇ ਸੀ, ਉੱਥੇ ਪੁਲਿਸ ਵਾਲਿਆਂ ਨੇ ਫੜੇ ਸੀ, ਉੱਥੇ ਗਏ ਸੀ। ਅੱਛਾ। ਤੇ ਤੁਸੀਂ ਕਿੱਥੇ ਗਏ ਸੀ ਜਦ ਚੋਰੀ ਹੋਈ ਭਾਜੀ? ਮੈਂ ਸਟੈਂਡ 'ਤੇ ਹੁੰਦਾ, ਮੇਰੀ ਮੰਮੀ ਬਾਜ਼ਾਰ ਗਈ ਸੀ, ਜਦ ਉੱਥੇ ਗਈ ਹੋਊਗੀ। ਅਤੇ ਬਾਕੀ ਘਰ ਦੇ? ਬਾਕੀ ਸਾਡੇ ਕੋਲ ਨਹੀਂ ਜੀ।
ਤੇ ਚੋਰ ਨਹੀਂ ਚੋਰ ਪੁਲਿਸ ਦੇ ਹੱਥ ਕਿੱਦਾਂ ਆਏ ਤੁਹਾਡੇ ਘਰੋਂ ਜਦੋਂ ਨਿਕਲੇ ਫਿਰ? ਅਸੀਂ ਚੋਰ ਨਹੀਂ ਲੰਘਦੇ, ਸਾਨੂੰ ਇੱਥੋਂ ਦੱਸਿਆ ਇਹਨਾਂ ਨੂੰ ਗੁਆਂਢੀਆਂ ਨੇ, ਕਹਿੰਦੇ ਇੱਧਰ ਨੱਠੇ ਜਾਂਦੇ ਅਸੀਂ ਉਹਨਾਂ ਦੇ ਮਗਰ ਚੱਲ ਗਏ, ਮੈਂ ਬੈਕਰੀ ਵਾਲਾ ਮੁੰਡਾ ਰੱਖਾ ਅਤੇ ਮੈਂ ਅਸੀਂ ਉੱਧਰ ਗਏ, ਸਾਡੇ ਜਾਂਦੇ ਨੂੰ ਫੜੇ ਹੋਏ। ਓਕੇ ਠੀਕ ਹੈ। ਅੱਛਾ ਤੁਹਾਡੇ ਜਾਂਦੇ ਨੂੰ ਪਹਿਲਾਂ ਪੁਲਿਸ ਨੇ ਫੜਿਆ ਸੀ ਚੋਰ, ਹੈ ਨਾ? ਭੱਜੇ ਥਾਣੇ ਵੱਲੋਂ ਸੀ ਉਹ? ਨਹੀਂ ਉਹ ਜਿੱਥੇ ਆਪਣਾ ਤਾਕਤਗੜ੍ਹ ਗੁਰਦੁਆਰਾ ਨੇ, ਹਾਂਜੀ ਹਾਂਜੀ, ਸੜਕ ਦੀ ਜਿਹੜੀ ਪਿਛਲੇ ਪਾਸੇ ਗਲੀ ਉੱਧਰੋਂ ਫੜਿਆ ਹੋਇਆ ਸੀ। ਅਲਮੋਨੀਅਮ ਦੀ ਦੁਕਾਨ ਹੈ ਮੇਰੀ, ਸੰਧੂ ਅਲਮੋਨੀਅਮ ਦੁਕਾਨ ਜੀ, ਅਗਲਪਾ ਰੋਡ 'ਤੇ। ਅਤੇ ਮੈਂ ਜੀ ਕੰਮ ਕਰਨ ਗਿਆ ਸੀ ਤਾਂ ਮੇਰੇ ਸ਼ਟਰ ਭੇੜਿਆ ਸੀ, ਸ਼ਟਰ ਚੱਕ ਕੇ 20,000 ਰੁਪਈਆ ਜੀ ਗੱਲੇ 'ਚੋਂ ਕੱਢ ਕੇ ਲੈ ਗਏ। ਹਾਂਜੀ, ਇਸ ਸੰਬੰਧੀ ਤੁਹਾਨੂੰ ਕਿੱਦਾਂ ਪਤਾ ਲੱਗਾ? ਸਾਨੂੰ ਜੀ ਸਾਡੇ ਕੋਲ ਵੀਡੀਓ ਹੈ ਇਹਨਾਂ ਦੀ, ਕੈਮਰੇ ਦੇ ਵਿੱਚ, ਕੈਮਰੇ ਵਿੱਚ ਵੀਡੀਓ ਆ। ਹਾਂਜੀ ਠੀਕ ਹੈ, ਤੁਸੀਂ ਕੰਪਲੇਂਟ ਦਿੱਤੀ ਹੁਣ? ਹਾਂਜੀ ਅਸੀਂ ਕੰਪਲੇਂਟ ਕੀਤੀ ਹੈ ਜੀ ਕਿ ਚੋਰ ਨੂੰ ਫੜ ਲਿਆ ਪੁਲਿਸ ਨੇ। ਕਿ ਨਹੀਂ ਹਜੇ ਚੋਰ ਨੂੰ, ਪੁਲਿਸ ਨੇ ਚੋਰ ਨੂੰ ਫੜ ਲਿਆ ਜੀ। ਤੁਸੀਂ ਪਛਾਣ ਲਿਆ ਉਹਨੂੰ? ਹਾਂਜੀ ਬੁਗਰਾ ਜੀ ਪਛਾਣ ਲਿਆ ਜੀ। ਸੀਸੀਟੀਵੀ ਕੈਮਰੇ ਦੀ ਫੁਟੇਜ ਦੇਖੀ? ਹਾਂਜੀ ਹਾਂਜੀ ਦੇਖੀ ਹੈ ਜੀ। ਹੁਣ ਤੁਹਾਡੀ ਕੀ ਮੰਗ ਆ ਜੀ? ਸਾਡੀ ਮੰਗ ਆ ਜੀ ਸਾਨੂੰ ਜੀ ਪੈਸੇ ਸਾਡੇ ਵਾਪਸ। ਕਿੰਨੇ ਪੈਸੇ ਚੋਰੀ ਹੋ ਗਏ ਤੁਹਾਡੇ ਕੋਲ? 20,000 ਰੁਪਈਆ ਜੀ ਸਾਡੇ। ਠੀਕ ਹੈ ਜੀ, ਧੰਨਵਾਦ। ਚਲੋ, ਦੋ ਪਬਲਿਕ ਨੇ ਸਾਨੂੰ ਦੋ ਮੁੰਡੇ ਫੜੇ ਸੀਗੇ ਚੋਰੀ ਕਰਦੇ, ਉਹ ਫੜਾਏ ਸੀਗੇ ਅਤੇ ਅਸੀਂ ਮੌਕੇ 'ਤੇ ਗਏ ਹਾਂ, ਉੱਥੇ ਫੜੇ ਆ ਤਾਂ ਉਹਨਾਂ ਨੂੰ ਲਿਆਂਦਾ ਥਾਣੇ, ਤਾਂ ਤਫਤੀਸ਼ ਉਹਨਾਂ ਦੀ ਜਾਰੀ ਹੈ, ਪੁਲਿਸ ਨੇ ਕੁਛ ਕਰ ਰਹੇ ਆ। ਰਿਟਰਨ ਐਪਲੀਕੇਸ਼ਨ ਵੀ ਦਿੱਤੀ ਉਹਨਾਂ ਨੇ? ਹਾਂਜੀ ਰਿਟਰਨ ਐਪਲੀਕੇਸ਼ਨ ਮਿਲੀ ਹੈ। ਕੀ ਕਾਰਵਾਈ ਹੈ ਜੀ ਹੁਣ? ਹੁਣ ਉਹਨਾਂ ਦੇ ਜੋ ਬਣਦੀ ਕਾਰਵਾਈ ਕਰਾਂਗੇ। ਸਰ ਤੁਸੀਂ ਮੱਲਾ ਚੌਧਰੀ ਵਿੱਚ ਆਏ ਆ, ਜਿਹੜੇ ਭੁਪਿੰਦਰ ਕੌਰ ਦੇ ਘਰ ਜਿਹੜੀ ਚੋਰੀ ਹੋਈ ਹੈਗੀ ਆ, ਤੁਸੀਂ ਮੌਕੇ 'ਤੇ ਆਏ ਸਰ, ਕਿੰਨਾ ਕੁ ਨੁਕਸਾਨ ਹੋਇਆ, ਕੀ ਦੇਖਿਆ ਸਰ ਨੇ? ਇਹਨਾਂ ਦਾ ਟਰੰਕ ਪੇਟੀ ਜਿੰਦਾ ਤੋੜਿਆ ਹੋਇਆ ਜੀ, ਉਹ ਤੋਂ ਟਰੰਕ ਜੋ ਦੱਸਦੇ ਆ ਵੀ ਇਹ ਤਕਰੀਬਨ 1,00,000 ਰੁਪਈਆ ਨਗਦ ਸੀਗਾ ਜੀ, ਤਾਂ ਬਾਕੀ 5,00,000 ਰੁਪਏ ਦਾ ਸੋਨਾ ਜੀ ਦੱਸ ਰਹੇ ਆ। ਓਕੇ, ਤਾਂ ਬਾਕੀ ਅਸੀਂ ਆਲੇ ਦੁਆਲੇ ਕੈਮਰੇ ਚੈੱਕ ਕਰਦੇ ਹਾਂ, ਦੇਖਦੇ ਹਾਂ। ਅਤੇ ਸਰ ਇਹਨਾਂ ਦੇ ਨਾਲ ਦੇ ਘਰ ਵੀ ਇੱਕ ਚੋਰੀ ਹੋਈ ਆ, ਉੱਥੋਂ ਵੀ ਕਿੰਨਾ ਕੁ ਨੁਕਸਾਨ ਹੋਇਆ ਸਰ? ਉੱਥੇ ਵੀ ਉਹਨਾਂ ਦੇ ਘਰ 'ਚ ਖੋਲਾ ਫਰਾਲੀ ਹੋਈ ਆ, ਤਾਂ 10,000 ਰੁਪਏ।